सो हलका बरनाला के पिंड सेखा च मौजूद हाँ। सेखा पिंड च तकरीबन 7000 के करीब वोट आ कांग्रेस आ बीजेपी आ श्रोमणी अकाली दल अमृतसर तो सिमरनजीत सिंह मान के दोते गोबिंद सिंह संधू ने किवें लगता सोनू टक्कर टक्कर किस देखो कांग्रेस ते सिमरनजीत सिंह मान की टक्कर लग सकती थोड़ा जहाँ सानू तो कांग्रेस में नहीं लगता थोड़ा जहा ठीक है हाँ क्योंकि दो हो गई पार्टियां तो दूजे का देखो ओले भी जा सकता ये भी जा सकता ठीक है दोनों चो जी आम आदमी पार्टी के दो ना होंगे जी फिर जित पक्की फिर पक्की जीतती हाँ जी फिर पक्की लैके जाती ਤੁਸੀਂ ਇੱਥੇ ਸੱਥ 'ਚ ਬੈਠੇ ਹੁੰਦੇ ਹੋ ਤੁਸੀਂ ਦੇਖਦੇ ਹੋ ਇੱਥੇ ਸਾਰੇ ਕੈਂਡੀਡੇਟ ਆਉਂਦੇ ਹੋ ਹਾਂ ਜੀ ਸਾਰੇ ਆਉਂਦੇ ਇੱਥੇ ਹੀ ਰਹਿੰਦੇ ਹਰ ਵਕਤ ਅਸੀਂ ਬਸ ਠੀਕ ਹੈ ਹਾਂਜੀ ਬੀਜੇਪੀ ਵਾਲੇ ਕਰ ਰਹੇ ਆ ਜਾਣ ਬੁੱਝ ਕੇ ਕਿਸਾਨ ਨੂੰ ਹੈਰਾਨ ਕਰ ਰਹੇ ਆ ਕਿਉਂਕਿ 13 ਮਹੀਨੇ ਬਾਰਡਰਾਂ 'ਤੇ ਬੈਠੇ ਰਹੇ ਉੱਥੇ ਤਾਂ ਇਹਨਾਂ ਦੀ ਬਾਹਰ ਨਾ ਚੱਲੀ ਗਈ ਹੁਣ ਇੱਥੇ ਆ ਕੇ ਸਾਨੂੰ ਹੈਰਾਨ ਕਰਨ ਲੱਗ ਗਏ ਭਗਵੰਤ ਮਾਨ ਸਾਹਿਬ ਦਾ ਇਸ ਵਾਰੀ ਗੋਦਾਮਾਂ ਨੂੰ ਲੈ ਕੇ ਵੀ ਕਾਰਗੁਜ਼ਾਰੀ ਫੇਲ ਰਹੀ ਹੈ ਉਸ ਤੋਂ ਪਹਿਲਾਂ ਸਾਡੇ ਕਿਸਾਨਾਂ 'ਤੇ ਪਾਣੀ ਦੀ ਮਾਰ ਪਈ ਹੈ ਉਦੋਂ ਨਹਿਰਾਂ ਦੀ ਸਫਾਈ ਦੇ ਲਈ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਡੇ ਮੁਤਾਬਕ ਬਿਲਕੁਲ ਫੇਲ ਰਹੀ ਹੈ ਕਾਰਗੁਜ਼ਾਰੀ ਨੂੰ ਬੀਜੇਪੀ ਦੀ ਚਾਲ ਦੱਸਿਆ ਜਾਂਦਾ ਕਿ ਜਿਹੜਾ ਮੰਡੀਆਂ 'ਚ ਕਿਸਾਨ ਰੁਲ ਰਿਹਾ ਕਿ ਬੀਜੇਪੀ ਦੀ ਮਾਰ ਆ ਕਿਉਂਕਿ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਘਾਟੇ 'ਚ ਹੋਆ ਕਿ ਸਰਕਾਰ ਦੀ ਕਾਰਗੁਜ਼ਾਰੀ ਵੈਸੇ ਠੀਕ ਹੈ ਜੀ ਬਾਈ ਜੀ ਬਿਲਕੁਲ ਜੇ ਤੁਸੀਂ ਇਹ ਕਹਿੰਦੇ ਵੀ ਬੀਜੇਪੀ ਦੀ ਸਰਕਾਰ ਕਾਰਗੁਜ਼ਾਰੀ ਹੈ ਤਾਂ ਭਗਵੰਤ ਮਾਨ ਕਿਸਾਨਾਂ ਨਾਲ ਆ ਕੇ ਸੜਕ 'ਤੇ ਬੈਠਦਾ ਰੋਡ ਬੰਦ ਕਰਦਾ ਕਿਸਾਨ ਇਹਦੇ ਨਾਲ ਤੁਰਦੇ ਇਹੋ ਜੀ ਕੀ ਗੱਲ ਸੀ ਕਿ ਇਹੀ ਬਾਠ ਮੀਤ ਹੇਰ ਨੂੰ 10 ਦਿਨ ਪਹਿਲਾਂ ਤਾਂ ਕਹਿੰਦਾ ਸੀ ਇਹੀ ਚੰਗਾ ਹੁਣ ਜਦੋਂ ਇਹਨੂੰ ਟਿਕਟ ਨਹੀਂ ਮਿਲੀ ਇਹੀ ਮਾੜਾ ਹੋ ਗਿਆ ਇਹ ਭਰਾਵੋ ਸਾਰੇ ਇੱਕੋ ਨੇ ਰਲੇ ਮਿਲੇ ਆਪਾਂ ਨੂੰ ਉੱਲੂ ਬਣਾਉਂਦੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 4 ਸੀਟਾਂ ਤੇ ਜ਼ਿਮਨੀ ਚੋਣਾਂ ਹੋਣੀਆਂ ਨੇ ਸੋ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਜ਼ਿਮਨੀ ਚੋਣਾਂ ਦੀਆਂ ਡੇਟਾਂ ਵਿੱਚ ਵੱਡੀ ਤਬਦੀਲੀ ਆਈ ਆ ਜ਼ਿਮਨੀ ਚੋਣਾਂ ਪਹਿਲਾਂ 13 ਨਵੰਬਰ ਨੂੰ ਹੋਣੀਆਂ ਸੀ ਕਿ 13 ਨਵੰਬਰ ਨੂੰ ਵੋਟਾਂ ਪਾਉਣੀਆਂ ਨੇ ਹੁਣ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣਗੀਆਂ 7 ਦਿਨ ਬਾਅਦ ਹੋਣਗੀਆਂ ਜ਼ਿਮਨੀ ਚੋਣਾਂ ਵੱਡਾ ਚੋਣ ਕਮਿਸ਼ਨ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜ਼ਿਮਨੀ ਚੋਣਾਂ ਜਿਹੜੀਆਂ 13 ਨਵੰਬਰ ਨੂੰ ਹੋਣੀਆਂ ਸੀ ਉਹ 20 ਨਵੰਬਰ ਨੂੰ ਹੋਣੀਆਂ ਨੇ ਯਾਨੀ ਕਿ ਇੱਕ ਹਫ਼ਤਾ ਹੁਣ ਚੋਣ ਪ੍ਰਚਾਰ ਵੀ ਵੱਧ ਚੁੱਕਿਆ ਹੈ ਪਹਿਲਾਂ ਇਹ ਸੀ ਕਿ 5-6 ਦਿਨ ਰਹਿ ਚੁੱਕੇ ਨੇ ਉਸ ਤੋਂ ਬਾਅਦ ਵੋਟਾਂ ਪੈਣਗੀਆਂ 13 ਨਵੰਬਰ ਨੂੰ ਵੋਟਿੰਗ ਹੋਵੇਗੀ ਪਰ 20 ਨਵੰਬਰ ਨੂੰ ਵੋਟਿੰਗ ਹੋਵੇਗੀ ਵੱਡੀ ਅਪਡੇਟ ਹਲਕਾ ਬਰਨਾਲਾ 'ਚ ਮੌਜੂਦ ਹਾਂ ਬਰਨਾਲਾ ਤੋਂ ਤੁਸੀਂ ਲਗਾਤਾਰ ਖਬਰਾਂ ਦੇਖ ਰਹੇ ਹੋ ਕਿ ਹਲਕਾ ਬਰਨਾਲਾ ਤੋਂ ਕੌਣ ਮਾਰੇਗਾ ਬਾਜੀ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਕਾਂਗਰਸ ਜਿੱਤੇਗੀ ਜਾਂ ਆਜ਼ਾਦ ਉਮੀਦਵਾਰ ਨੇ ਗੁਰਦੀਪ ਬਾਠ ਉਹ ਜਿੱਤਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਤੇਗੀ ਕਿਉਂਕਿ ਵੱਡੇ ਕੈਂਡੀਡੇਟ ਵੱਡੇ ਉਮੀਦਵਾਰ ਇੱਥੇ ਮੈਦਾਨ 'ਚ ਨੇ ਸੋ ਹਲਕਾ ਬਰਨਾਲਾ ਦੇ ਪਿੰਡ ਸੇਖਾ 'ਚ ਮੌਜੂਦ ਹਾਂ ਸੇਖਾ ਪਿੰਡ 'ਚ ਤਕਰੀਬਨ 7000 ਦੇ ਕਰੀਬ ਵੋਟ ਆ ਸੋ ਵੱਡਾ ਪਿੰਡ ਆ ਗੱਲਬਾਤ ਕਰਾਂਗੇ ਸੇਖਾ ਪਿੰਡ ਦੀ ਸੱਥ 'ਚ ਮੌਜੂਦ ਹਾਂ ਜਿੱਥੇ ਪਿੰਡ ਵਾਸੀ ਮੌਜੂਦ ਨੇ ਪਿੰਡ ਦੇ ਵੋਟਰ ਮੌਜੂਦ ਨੇ ਕੀ ਉਹਨਾਂ ਦੇ ਐਕਸਪੀਰੀਅੰਸ ਨੇ ਕੀ ਸੋਚ ਰਹੇ ਨੇ ਕਿ ਵੋਟਿੰਗ ਕਿਸ ਨੂੰ ਕਰਨੀ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਹੁਣ ਆਮ ਆਦਮੀ ਪਾਰਟੀ ਦੀ ਝੋਲੀ 'ਚ ਇਹ ਸੀਟ ਆ MLA ਪਹਿਲਾਂ ਮੀਤ ਹੇਅਰ ਬਣੇ 2017 'ਚ ਉਸ ਤੋਂ ਬਾਅਦ ਮੀਤ ਹੇਅਰ ਦੁਬਾਰਾ 2022 'ਚ ਫਿਰ ਬਣੇ ਕੈਬਨਿਟ ਮੰਤਰੀ ਬਣੇ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ ਮੀਤ ਹੇਅਰ ਫਿਰ ਮਤਲਬ ਜਿੱਤਦੇ ਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਅਤੇ ਉਸ ਤੋਂ ਬਾਅਦ ਜ਼ਿਮਨੀ ਚੋਣ ਹੁਣ ਜ਼ਿਮਨੀ ਚੋਣ 20 ਨਵੰਬਰ ਨੂੰ ਵੋਟਿੰਗ ਹੋਣੀ ਆ ਕੌਣ ਜਿੱਤੇਗਾ ਗੱਲਬਾਤ ਵੀ ਕਰਾਂਗੇ ਪਿੰਡ ਵਾਸੀ ਮੌਜੂਦ ਨੇ ਪਿੰਡ ਦੇ ਬਜ਼ੁਰਗ ਮੌਜੂਦ ਨੇ ਸਿਆਣੇ ਬੰਦੇ ਮੌਜੂਦ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਜਗਜੀਤ ਸਿੰਘ ਜੀ ਅੱਛਾ ਜਗਜੀਤ ਜੀ ਪਹਿਲਾਂ ਤਾਂ 13 ਨਵੰਬਰ ਨੂੰ ਵੋਟਾਂ ਪੈਣੀਆਂ ਸੀ ਹੁਣ 20 ਨਵੰਬਰ ਨੂੰ ਪੈਣੀਆਂ ਨੇ ਇੱਕ ਹਫ਼ਤਾ ਹੋਰ ਅੱਗੇ ਚਲਿਆ ਗਿਆ ਜੀ ਕਿਵੇਂ ਲੱਗਦੀ ਹੈ ਬੇਬੇ ਇੱਥੇ ਸੱਥ 'ਚ ਤੁਸੀਂ ਬੈਠੇ ਹੋ ਇੱਥੇ ਦੇਖ ਰਹੇ ਹੋ ਸਾਰੇ ਉਮੀਦਵਾਰਾਂ ਨੂੰ ਆਉਂਦੇ ਨੇ ਤੁਹਾਨੂੰ ਅਪੀਲ ਕਰਦੇ ਨੇ ਕਿ ਸਾਨੂੰ ਵੋਟਾਂ ਪਾਓ ਕਿਵੇਂ ਦੇਖਦੇ ਹੋ ਤੁਸੀਂ ਹਲਕੇ ਦੇਖੋ ਜੀ ਆਉਂਦੇ ਤਾਂ ਸਾਰੇ ਹੀ ਨੇ ਇਹਦਾ ਹੁਣ ਪਬਲਿਕ ਤੋਂ ਪਤਾ ਲੱਗੂ ਲੋਕਾਂ ਤੋਂ ਵੀ ਕਿਹਨੂੰ ਵੱਧ ਅਟੈਂਡ ਕਰ ਰਹੇ ਨੇ ਹਾਂਜੀ ਬਿਲਕੁਲ ਪਰ ਲੱਗਦਾ ਕੀ ਆ ਜੀ ਇੱਥੇ ਕਿਉਂਕਿ ਆਮ ਆਦਮੀ ਪਾਰਟੀ 'ਚ ਇੱਕ ਵੱਡਾ ਫੇਰਬਦਲ ਹੋਇਆ ਇੱਥੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਅਤੇ ਗੁਰਦੀਪ ਬਾਠ ਉਹ ਪਾਰਟੀ 'ਚੋਂ ਬਾਹਰ ਹੋ ਚੁੱਕੇ ਨੇ ਆਜ਼ਾਦ ਲੜ ਰਹੇ ਨੇ ਬਾਕੀ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਆ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿਵੇਂ ਰਹਿਣ ਵਾਲਾ ਕਿਉਂਕਿ ਆਮ ਆਦਮੀ ਪਾਰਟੀ ਦਾ ਗਾੜਾ ਜੀ ਇਹ ਹਲਕਾ ਬਰਨਾਲਾ ਪਹਿਲਾਂ ਤੋਂ ਹਾਂਜੀ ਵੈਸੇ ਮੁਸ਼ਕਲ ਜਿਹਾ ਲੱਗਦਾ ਜੀ ਮੈਂ ਦੱਸਾਂ ਜੀ ਕਿਉਂਕਿ ਜਿਹੜਾ ਕੱਟੂ ਵਾਲਾ ਕੀ ਗੁਰਮੀਤ ਬਾਠ ਹਾਂ ਕਿਉਂਕਿ ਅਲੱਗ ਹੋ ਚੁੱਕਾ ਨਾ ਉਹ ਹਾਂ ਉਹਦੇ ਕਰਕੇ ਕਾਫੀ ਸਖਤ ਮੁਕਾਬਲਾ ਜਾਊਗਾ ਯਾਨੀ ਕਿ ਫਰਕ ਕਾਫੀ ਪੈਣ ਵਾਲਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਈ ਹਾਂਜੀ ਹਾਂਜੀ ਠੀਕ ਹੈ ਹਾਂ ਨੁਕਸਾਨ ਹੋ ਸਕਦਾ ਹੋਰ ਟੱਕਰ ਕਿਸ ਕਿਸ ਪਾਰਟੀ 'ਚ ਲੱਗਦੀ ਆ ਜੀ ਹੋਰ ਕਿਉਂਕਿ ਕਾਂਗਰਸ ਆ ਬੀਜੇਪੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ ਨੇ ਕਿਵੇਂ ਲੱਗਦਾ ਤੁਹਾਨੂੰ ਟੱਕਰ ਕਿਸ ਦੇਖੋ ਕਾਂਗਰਸ ਤੇ ਸਿਮਰਨਜੀਤ ਸਿੰਘ ਮਾਨ ਦੀ ਟੱਕਰ ਲੱਗ ਸਕਦੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਅੱਛਾ ਯਾਨੀ ਕਿ ਆਮ ਆਦਮੀ ਪਾਰਟੀ ਬੀਜੇਪੀ ਬਾਹਰ ਨੇ ਇਹ ਟੱਕਰ
हाँ लगता तो माहौल है जी, जिम्मे हम किसान चलते ने घराओ घरू कर रहे हैं दोनों का, इस करके मैं कहना भी दफाड़ हो गए ना हाँ जो प्रधान सी वो अलग हो गया आजाद खड़ गया ये करके चैन टुट गया। हाँ जी बिल्कुल जी। सो हलका बरनाला की यही आवाज़ आ रही है कि आम आदमी पार्टी तो दो उम्मीदवार ने, जानी कि जिला प्रधान भी आजाद उम्मीदवार लड़ रहे हैं, सबका जिला प्रधान ने, सो भी वड्डा नुकसान हो सकता, होर सियाने समझदार मौजूद ने। हाँ जी सत श्री अकाल जी। सत श्री अकाल जी। हाँ जी की नाम है जी? मुकंद सिंह जी। अच्छा मुकंद सिंह जी, किवें लगता सोनू सोडा हलका बरनाला बहुत वोटा पाते आ रहे हो तुम, हूँ जिमनी चोण होनी आ, की लगता थानू कि उम्मीदवार का पलड़ा भारी रहने वाला जी? अजय तो जी कुछ नहीं कह सकते, वैसे थोड़ा जा सानू तो कांग्रेस में नहीं लगता थोड़ा जा, ठीक है हाँ, क्योंकि दो हो गई पार्टियां तो दूजे का देखो कि ओले भी जा सकता ये भी जा सकता दोनों चो जी। आम आदमी पार्टी के दो ना होंगे जी फिर जित पक्की, फिर पक्की छिड़ती। अच्छा हाँ जी फिर पक्की लेके जाती हाँ, वोट पटकी फटकी ना जी हूँ। हाँ हूँ की लगता भी दोनों नहीं जितने ना गुरदीप बाठ ना हरिंदर दोनों चो ना उम्मीद है दूजे चो, ठीक है जी। हाँ जी फिर दूजे की जबरदस्त जिम्मे कही भी थोड़ा बहुत ही फर्क पैना जी? जबर टक्कर तो बस ये कांग्रेस की है श्रोमणी अकाली दल अमृतसर जी, ठीक है जी। हाँ जी अच्छा दोनों पार्टियां टक्कर च ने आपस में कोई ले जाए थोड़ी बहुत वोट की होना फर्क? हाँ थोड़े घने वोटा की फर्क पो, ठीक है जी। हाँ जी बाकी पहला तो 13 नवंबर में वोटा पैनिया सी जी, 7 दिन लेट हो गई हूँ तो चोन प्रचार होर थानू ज्यादा सुन प्रचार टाइम मिल गया जी हूँ खुला टाइम मिल गया हूँ। हाँ जी ठीक है ठीक है। हाँ जी बाकी इतने सत्थ च बैठे होंगे हो तुम देखते हो इतने सारे कैंडीडेट आते? हाँ जी सारे आते इतने ही रहने हर वक्त अस, ठीक है। हाँ जी बाकी सुनो एजेंडे का की लगता कि उम्मीदवार के एजेंडे वधिया जे लगते हैं भी नहीं तो गल सुनते सारे तो उही कुछ सुनते हैं बस जो कोई आता उही चीज कहता बस बी मैं लेके जाऊंगा असं जिता असी करा बस उ हरेक की जानी यही भाषा, ठीक है। हाँ जी बाकी आम आदमी पार्टी का किमें लगता सरकार चल रही है जी, उरे गल्लां बातां भी तुसी करदे रहने हो, सरकार की कारगुजारी हुण किमें लगती है 2.5-3 साल लंघ चुके? लोट है वैसे दूजे नालों। अच्छा जी। हाँ जी ठीक है। अकाली कांग्रेसियां नालों ठीक चल रही है? ठीक चल रही। हाँ जी साढ़े पानी धनी का भी ढोलियां ढालियां दबिया ने पैप जानी लाइट भी बड़ी आई है जानी बहुत फायदा उहदे नाल, ठीक है। हाँ जी पर मंडिया च जीरी का मसला आ रहा जी हुण सामने कहिंदे, वैसे तुहाडा भी एक्सपीरियंस बहुत आ हुण तक तुसीं इन्ना मतलब मंडिया च जीरी वाला इह जिहा सिस्टम देखिआ इन्ना स्लो इन्ना हौली चलिआ? इह तां जी बीजेपी वाले कर रहे जाण बुझ के किसान नूं हैरान कर रहे हैं, क्योंकि 13 महीने बार्डरां ते बैठे रहे उत्थे तां इहनां दी बाह ना चली गई हुण इत्थे आ के सानूं हैरान करन लग गए बीजेपी वाले, ठीक है। हाँ इह तां सिद्धे ही कहिंदे ने जी बस, ठीक है। हाँ कोई पैसा नहीं दे रहे सारे सब फंड रोकी बैठे ने पंजाब दे कोई नहीं सारे पास मार रहे ने बस। बाकी ये भी कहा जाता भी पंजाब सरकार ने पहला गौर करनी सी मुख्यमंत्री साहब उत्थे जांदे भी साडा अनाज चको जी साडे अनाज ने होर आ जाना पता सी भी इन्ना अनाज आना जी गए ने गौरदे नहीं जिन्हें ना करना होवे उन्हें किन्ने कह दिओ, ठीक है किन्ने मर्जी कही जाओ जिन्हें करना ही नहीं कोई कम जिन्हें करना तो उन्होंने आप ही दिस जाता भी मेरे पंजाब का हाल बुरा हाल हों किसान परेशान हों जी किसानी लिए खतरे की घंटी नहीं लगती थोड़ा इस बार घंटी है बस सानू तो मार ही जाते चार सवेरे बस, ठीक है। हाँ सारी आखे सहते हैं किसान ती है किसान कहते हैं DAP नहीं मिलता जीरिया साड़िया नहीं जुख रही भी दिक्कत बहुत डी ओ भी नहीं मिल रहा DAP नहीं मिल रहा, हाँ जी ये भी बस ये भी BJP की मेहरबानी हुई है सारी इन्ना नहीं कर जो कुछ करते हैं हैरान कर दिया किसान बस जान बुझ के हैरान कर दिया। हाँ जी अच्छा जानी कि हूँ हल्का बरनाला का तुम जजमेंट जी ला ली भी ऐतक उथल पुथल हो सकता ताजा लाया जी बस ताजा जी हों होर तक की गल। हाँ जी बाकी रिजल्ट ने दसना जी रिजल्ट ने दसना जी कई बार जो पोल गलत भी निकल जाते हैं एस्टीमेट गलत निकल जाते कई बार, हाँ जी पलड़ा होर पासे हो जाता कितने कि झुक जाता बंदा बस भी हो जाता। हाँ जी बिल्कुल जी पिंडां दे सियाने बजुर्ग ने गलबात कर रहे हैं कि किस तरीके नाल क्योंकि जजमेंटा हुंदियां ने पहला वोटां तो जजमेंटा लाइया जांदियां ने असल में रिजल्ट तो बाद पता लग जांदा पर जजमेंटा फिर भी कितने ना कितने सही मायने च जांदियां ने वो देखदे ने आवाज़ किधरली आ। सो बाई जी उरी मौजूद ने वीर जी सत श्री अकाल जी। सत श्री अकाल वीर जी। की नाम है जी? रणजीत सिंह। अच्छा रणजीत जी किवें लगदी है बेब तुहाडे कोल सारे कैंडीडेट आउंदे ने उम्मीदवार आउंदे ने की लगदा इस बार किवें दा रहण वाला? उम्मीदवार तो जी अपना अपना प्रचार कर रहे ने पर असी देखना है भी जी जी 2.5 सालों की कारगुजारी सरकार की असी सत्थ च इत्थे बैठते हाँ गल्लां हुंदियां ने बिजली दियां घर की बिजली पखे का जिहड़ा फार है वह खड़ता नहीं हैगा जे वग भी जाती है नाल दी नाल आ जाती है बाकी खेतों की आ गई बाकी जिहड़े बच्चों की नौकरी आ गई
ਹੁਣ ਪਬਲਿਕ ਨੇ ਦੇਖਣਾ ਕੀ ਦੇਖਣਾ ਹੈਗਾ। ਠੀਕ ਹੈ, ਅਸਾਂ ਕਾਰਗੁਜ਼ਾਰੀ ਤੁਹਾਨੂੰ ਸਹੀ ਲੱਗਦੀ ਹੈ ਵੀ ਕਾਰਗੁਜ਼ਾਰੀ ਸਰਕਾਰ ਦੀ ਸਹੀ ਚੱਲ ਰਹੀ ਹੈ? ਸਾਨੂੰ ਸਰਕਾਰ ਦੀ ਕਾਰਗੁਜ਼ਾਰੀ ਸਹੀ ਲੱਗਦੀ ਹੈ ਜੇ ਸਾਡਾ ਕੋਈ ਕੈਂਡੀਡੇਟ ਮਤਲਬ ਕਿ ਸਰਕਾਰ ਦਾ ਵਿਰੋਧੀ ਆਉਂਦਾ ਹੈਗਾ ਤਾਂ ਸਾਡੇ ਇਲਾਕੇ ਦਾ ਨੁਕਸਾਨ ਹੈਗਾ ਹੀ ਹੈਗਾ। ਠੀਕ ਹੈ, ਹਾਂਜੀ। ਅੱਛਾ, ਜੇ ਸਰਕਾਰ ਦਾ ਕੈਂਡੀਡੇਟ ਆਉਂਦਾ MLA ਬਣਦਾ ਤਾਂ ਫਾਇਦਾ? ਉਹਦਾ ਹੈਗਾ ਹੀ, ਉਹਦਾ ਕਲੀਅਰ ਹੈ। ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ? ਦੋ ਕੈਂਡੀਡੇਟ ਨੇ ਐਤ ਕੀ ਥੋੜ੍ਹਾ ਜਿਹਾ ਗੜਬੜ ਹੋ ਗਈ ਆਪਸ ਵਿੱਚ, ਅਸਤੀਫਾ ਦਿੱਤਾ ਗੁਰਦੀਪ ਬਾਠ ਨੇ, ਉਸ ਤੋਂ ਬਾਅਦ ਆਜ਼ਾਦ ਲੜ ਰਹੇ। ਹਾਂ, ਇਹਦਾ ਕੋਈ ਨੁਕਸਾਨ ਹੋ ਸਕਦਾ ਪਾਰਟੀ? ਠੀਕ ਹੈ, ਹਾਂਜੀ। ਜੇ ਪਾਰਟੀ ਦਾ ਨੁਕਸਾਨ ਹੁੰਦਾ ਤਾਂ ਫਿਰ ਕਿਹੜੀਆਂ ਪਾਰਟੀਆਂ 'ਚ ਟੱਕਰ ਮੰਨ ਸਕਦੇ? ਨਹੀਂ, ਟੱਕਰ ਕੁਛ ਨਹੀਂ ਪਤਾ ਲੱਗ ਸਕਦਾ ਜੀ। ਅੱਛਾ, ਹਾਂਜੀ। ਯਾਨੀ ਕਿ ਕੈਂਡੀਡੇਟ ਜ਼ਬਰਦਸਤ ਨੇ? ਬਿਲਕੁਲ ਜੀ। ਠੀਕ ਹੈ, ਠੀਕ ਹੈ। ਹਾਂਜੀ ਵੀਰ ਜੀ, ਕੀ ਨਾਮ? ਬਾਈ ਜੀ ਅਵਤਾਰ ਸਿੰਘ। ਅੱਛਾ ਅਵਤਾਰ ਸਿੰਘ ਜੀ, ਤੁਸੀਂ ਕਿਵੇਂ ਜੱਜਮੈਂਟ ਲਾਉਂਦੇ ਹੋ? ਕੀ ਚੱਲ ਰਿਹਾ ਇੱਥੇ ਹੁਣ, ਜਿਵੇਂ ਦਾ ਇਲੈਕਸ਼ਨ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ, ਟੱਕਰ ਕਿਹਦੀ ਮੰਨਦੇ ਹੋ ਤੁਸੀਂ? ਬਾਈ ਜੀ, ਫਿਲਹਾਲ ਨਾ ਲੋਕ ਕੰਮਾਂ ਕਾਰਾਂ ਦੇ ਵਿੱਚ ਹਜੇ ਬੇਜ਼ੀ ਨੇ, ਹਜੇ ਓਨੀ ਵੇਵ ਹੈ ਜਿਹੜੀ ਉਹ ਬਣੀ ਨਹੀਂ। ਅਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਮੈਂ ਨਾ ਸਾਡੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਜਦੋਂ 92 MLA ਇਹਨਾਂ ਦੇ ਨੇ, ਓਪੋਜੀਸ਼ਨ ਨੂੰ ਸਰਕਾਰ ਤੋਂ ਕੰਮ ਲੈਣ ਲਈ ਤਕੜਾ ਕਰਨਾ ਜ਼ਰੂਰੀ ਹੁੰਦਾ। ਕਿਉਂ, ਜੇ ਹੁਣ ਇਹਨਾਂ ਦੇ 93 ਹੋ ਗਏ ਤਾਂ ਉੱਥੇ ਓਪੋਜੀਸ਼ਨ 'ਚ ਇਹਨਾਂ ਨੂੰ ਕੁਐਸਚਨ ਕਰਨ ਵਾਲਾ ਕੋਈ ਵੀ ਨਹੀਂ ਰਹਿਣਾ। ਅਤੇ ਕਿਤੇ ਨਾ ਕਿਤੇ ਇਹ ਸੀਟ ਸਾਡੀ ਆਪਦਾ ਇੱਕ ਪਰਸਨਲ ਓਪੀਨੀਅਨ ਹੈ ਕਿ ਗੋਬਿੰਦ ਸਿੰਘ ਸੰਧੂ ਜੀ ਨੂੰ ਅਸੀਂ ਇੱਥੋਂ ਜਿਤਾ ਕੇ ਭੇਜਾਂਗੇ, ਸਾਡੀ ਪੂਰੀ ਪੂਰੀ ਉਮੀਦ ਹੈ। ਇਹਨਾਂ ਨਾਲ ਨਾ ਉਹਨਾਂ ਦਾ ਸਾਰਾ ਕੁਛ ਵੱਖਰਾ ਹੈ। ਹੋਰ ਪਾਰਟੀਆਂ ਨਸ਼ੇ ਵੰਡ ਰਹੀਆਂ ਨੇ, ਉਹ ਆਉਣ ਵਾਲੇ ਬੱਚਿਆਂ ਨੂੰ ਨਸ਼ਿਆਂ ਤੋਂ ਤੋੜਨ ਲਈ ਇੱਕ ਮੁਹਿੰਮ ਚਲਾ ਰਹੇ ਨੇ। 100 ਗੁਰੂ ਘਰਾਂ ਦੇ ਵਿੱਚ ਆਪਣੇ ਇੱਕ ਘੰਟੇ ਦੀ ਡੇਲੀ ਕਲਾਸ ਕਰਾਉਣੀ ਹੈ, ਜਿਹਦੇ ਵਿੱਚ ਹਰੇਕ ਪਿੰਡ ਦੇ ਵਿੱਚੋਂ 250-300 ਬੱਚਾ ਲੈ ਕੇ 30,000 ਬੱਚਾ ਬਰਨਾਲੇ ਜ਼ਿਲ੍ਹੇ ਦਾ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ। ਭਗਵੰਤ ਮਾਨ ਸਾਹਿਬ ਦਾ ਇਸ ਵਾਰੀ ਗੋਦਾਮਾਂ ਨੂੰ ਲੈ ਕੇ ਵੀ ਕਾਰਗੁਜ਼ਾਰੀ ਫੇਲ ਰਹੀ ਹੈ। ਉਸ ਤੋਂ ਪਹਿਲਾਂ ਸਾਡੇ ਕਿਸਾਨਾਂ 'ਤੇ ਪਾਣੀ ਦੀ ਮਾਰ ਪਈ ਹੈ, ਉਦੋਂ ਨਹਿਰਾਂ ਦੀ ਸਫਾਈ ਦੇ ਲਈ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਡੇ ਮੁਤਾਬਕ ਬਿਲਕੁਲ ਫੇਲ ਰਹੀ ਹੈ। ਪਰ ਇਹ ਕਾਰਗੁਜ਼ਾਰੀ ਨੂੰ BJP ਦੀ ਚਾਲ ਦੱਸਿਆ ਜਾਂਦਾ ਕਿ ਜਿਹੜਾ ਮੰਡੀਆਂ 'ਚ ਕਿਸਾਨ ਰੁਲ ਰਿਹਾ ਕਿ BJP ਮਾਰ ਆ, ਕਿਉਂਕਿ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਘਾਟੇ 'ਚ ਹੋਆ ਕਿ ਸਰਕਾਰ ਦੀ ਕਾਰਗੁਜ਼ਾਰੀ ਵੈਸੇ ਠੀਕ ਹੈ? ਜੀ ਬਾਈ ਜੀ, ਬਿਲਕੁਲ। ਜੇ ਤੁਸੀਂ ਇਹ ਕਹਿੰਦੇ ਵੀ BJP ਦੀ ਕਾਰਗੁਜ਼ਾਰੀ ਹੈ ਤਾਂ ਭਗਵੰਤ ਮਾਨ ਕਿਸਾਨਾਂ ਨਾਲ ਆ ਕੇ ਸੜਕ 'ਤੇ ਬੈਠਦਾ, ਰੋਡ ਬੰਦ ਕਰਦਾ, ਕਿਸਾਨ ਇਹਦੇ ਨਾਲ ਤੁਰਦੇ, ਇਹੋ ਜਿਹੀ ਕੀ ਗੱਲ ਸੀ? ਕਿਤੇ ਹਾਂ ਦਾ ਨਾਰਾ ਤਾਂ ਮਾਰਦਾ ਨਾ ਜੀ। ਦੱਸਦੇ ਵੀ ਕਿੱਥੇ ਗੱਲ ਹੋਈ ਹੈ, ਕਿੱਥੇ ਉਹਨਾਂ ਨੇ ਮਨਾ ਕੀਤਾ ਜਾਂ ਹਾਂ? ਕੱਚ ਤਾਂ ਆਉਣਾ ਜੀ ਲੋਕਾਂ 'ਚ, ਹੁਣ ਜਿੱਦਣੇ ਆਪਣੇ ਫੋਰਟਿਸ ਹੋਸਪਿਟਲ 'ਚੋਂ ਆਏ ਨੇ ਉਦਣੇ ਕਹਿੰਦੇ ਸੀ ਮੈਂ ਕਿਸੇ ਵੀ ਕਿਸਾਨ ਨੂੰ ਰਾਤ ਨਹੀਂ ਕੱਟਣ ਦਊਂਗਾ, ਮੈਂ ਇੱਥੇ MSP ਮਿਲੂਗੀ, ਇੱਕ ਇੱਕ ਦਾਣੇ ਦੀ ਮਿਲੂਗੀ, ਪਰ ਉਹ ਸਾਰਾ ਕੁਛ ਅਗੇਂਸਟ ਹੋਇਆ। ਜਿੱਦਣ ਦੀ ਮੈਂ ਆਪਣੀ ਅੱਖਾਂ ਨਾਲ ਦੁਨੀਆ ਦੇਖ ਰਿਹਾ, ਕਿਤੇ ਵੀ ਇੰਨੀ ਮੰਡੀਆਂ ਦੇ ਵਿੱਚ ਮਾੜੀ ਹਾਲਤ ਹੈ ਉਹ ਜਿਹੜੀ ਮੈਂ ਅੱਜ ਤੱਕ ਨਹੀਂ ਦੇਖੀ। ਬਾਕੀ ਹਲਕਾ ਬਰਨਾਲਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਆਪਸ ਵਿੱਚ ਹੋ ਗਏ, ਵੀ ਟੱਕਰ ਕਿਵੇਂ ਦੀ ਰਹਿਣ ਵਾਲੀ ਹੈ ਅਤੇ ਕੋਨੀ ਟੱਕਰ ਆ ਜਾਂ ਚਾਰ ਕੋਨੀ ਟੱਕਰ ਆ ਇੱਥੇ? ਪਹਿਲੀ ਗੱਲ ਤਾਂ ਬਾਈ, ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਹੀ ਬਾਠ ਮੀਤ ਹੇਰ ਨੂੰ 10 ਦਿਨ ਪਹਿਲਾਂ ਤਾਂ ਕਹਿੰਦਾ ਸੀ ਇਹੀ ਚੰਗਾ, ਹੁਣ ਜਦੋਂ ਇਹਨੂੰ ਟਿਕਟ ਨਹੀਂ ਮਿਲੀ ਇਹੀ ਮਾੜਾ ਹੋ ਗਿਆ। ਇਹ ਭਰਾਵੋ ਸਾਰੇ ਇੱਕੋ ਨੇ, ਰਲੇ ਮਿਲੇ ਆਪਾਂ ਨੂੰ ਉੱਲੂ ਬਣਾਉਂਦੇ ਨੇ। ਇਸ ਕਰਕੇ ਓਪੋਜੀਸ਼ਨ ਹੈ ਜਿਹੜੀ ਉਹ ਤਕੜੀ ਹੋਵੇ ਤਾਂ ਸਰਕਾਰ ਕਿਤੇ ਨਾ ਕਿਤੇ ਆਪਦੇ ਕੀਤੇ ਹੋਏ ਵਾਅਦਿਆਂ ਨੂੰ ਨੇਤਰੇ ਚੜਾਊਗੀ। ਬਿਲਕੁਲ। ਓਪੋਜੀਸ਼ਨ ਕਾਂਗਰਸ ਪਾਰਟੀ ਨੂੰ ਕਿਵੇਂ ਦੇਖਦੇ ਹੋ? ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਕਾਲਾ ਢਿੱਲੋਂ, ਉਹਨਾਂ ਨੂੰ ਕਿਵੇਂ ਦੇਖਦੇ ਹੋ ਅਤੇ BJP ਦੇ ਕੇਵਲ ਢਿੱਲੋਂ ਨੇ? ਨਹੀਂ, ਇੱਥੇ ਬਾਈ ਜੀ ਸਾਡਾ ਇਲਾਕਾ ਬਹੁਤ ਪੰਥਕ ਹੈ ਅਤੇ ਕਾਂਗਰਸ ਨੂੰ ਮੈਂ ਉਮੀਦ ਕਰਦਾ ਵੀ ਨਹੀਂ ਅਸੈਪਟ ਕਰਨਗੇ। ਸਾਡੇ ਦਰਬਾਰ ਸਾਹਿਬ 'ਤੇ ਢਾਇਆ ਹੋਇਆ ਜਿਹੜਾ ਅਟੈਕ ਕੀਤਾ ਆਪਰੇਸ਼ਨ ਬਲਿਊ ਸਟਾਰ, ਉਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ। ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਹੜੇ ਕੋਈ ਨਹੀਂ ਹੈਗੇ ਕਿ ਉਹਨਾਂ ਵਾਸਤੇ ਅਸੀਂ ਕੁਛ ਨਹੀਂ ਕਹਿ ਸਕਦੇ। ਠੀਕ ਹੈ ਜੀ, ਬਿਲਕੁਲ। ਬਾਕੀ 7 ਦਿਨ ਵੋਟਾਂ ਅੱਗੇ ਵਧੀਆਂ ਨੇ, ਚੋਣ ਪ੍ਰਚਾਰ ਹੋਰ ਵੱਧ ਸਮਾਂ ਮਿਲ ਜੂ ਫਿਰ ਤਾਂ ਕਰਨ? ਹਾਂਜੀ ਬਾਈ, ਇਹਦੇ 'ਚ ਇਹ ਮੌਜੂਦਾ ਸਰਕਾਰ ਨੇ ਆਪਦੀ ਚਾਲ ਖੇਲੀ ਆ, ਇਹਨਾਂ ਨੂੰ ਹਾਲੇ ਕੋਈ ਰਿਸਪੋਂਸ ਹੈ ਜਿਹੜਾ ਉਹ ਨਹੀਂ ਮਿਲਿਆ, ਲੋਕ ਬਿਜ਼ੀ ਕਾਰਨ। ਅਤੇ ਔਰ ਜਿੱਦਾਂ ਬਾਈ ਬਾਠ ਅਰ ਗਏ ਨੇ, ਇਹ ਖਰਚੇ ਖੁਰਚੇ ਤੂੰ ਉਦੋਂ ਨੂੰ ਬੈਠ ਜਾਣਗੇ, ਇਹਨਾਂ ਨੇ ਤਾਂ ਆਪਣਾ ਹੀ ਲਾਉਣਾ। ਅਤੇ ਜੀ ਬਾਈ, ਕੈਂਡੀਡੇਟਾਂ ਦੇ ਖਰਚੇ ਦਾ ਤਾਂ ਨੁਕਸਾਨ ਹੋ ਗਿਆ, ਇੱਕ ਹਫ਼ਤਾ ਵੱਧ ਚੱਲਣਾ ਕੰਮ ਬਾਈ ਜੀ, ਘੱਟ ਤੋਂ ਘੱਟ ਵੀ ਕਰੋੜ ਰੁਪਇਆ ਤਾਂ ਕਿਧਰੇ ਗਿਆ ਹੀ ਨਹੀਂ ਜੀ। ਠੀਕ ਹੈ, ਬਿਲਕੁਲ ਜੀ। ਸੋ ਤੁਹਾਨੂੰ ਜਾਣਕਾਰੀ ਇਹ ਵੀ ਦਿੱਤੀ ਆ ਕਿ ਵੋਟਾਂ 7 ਦਿਨ ਲੇਟ ਹੋ ਚੁੱਕੀਆਂ ਨੇ, 20 ਨਵੰਬਰ ਨੂੰ ਵੋਟਿੰਗ ਹੋਣੀਆਂ, ਪੰਜਾਬ ਦੇ ਵਿੱਚ 4 ਵਿਧਾਨ ਸਭਾ ਜ਼ਿਮਨੀ ਚੋਣਾਂ ਜੋ ਹੋਣੀਆਂ ਨੇ। ਸੋ ਵਿਊ ਲਿਆ ਹਲਕਾ ਬਰਨਾਲਾ 'ਚ ਕਿਵੇਂ ਦੀ ਜੱਜਮੈਂਟ ਲੱਗ ਰਹੀ ਆ, ਕਿਵੇਂ ਦੀ ਸੋਚ ਹੋ ਰਹੀ ਆ, ਉਹ ਤੁਹਾਨੂੰ ਦੱਸੀ ਆ। ਕਿਉਂਕਿ ਆਮ ਆਦਮੀ ਪਾਰਟੀ ਤੋਂ 2 ਉਮੀਦਵਾਰ, ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਬਾਠ ਨੇ, ਹਰਿੰਦਰ ਧਾਲੀਵਾਲਾ, ਹੁਣ ਦੇਖਣਾ ਹੋਵੇਗਾ ਕਿ ਹਲਕਾ ਬਰਨਾਲਾ ਦੇ ਨਤੀਜੇ ਕਿਵੇਂ ਦੇ ਰਹਿਣ ਵਾਲੇ ਨੇ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।